ਦਾਣਾ ਪਾਣੀ ਤੁਸੀਂ ਕਿਹੜੀ ਚੀਜ਼ ਮੌਕਫ ਤੁਹਾਡਾ ਹੋਏ ਮੈਡੀਸਨ ਤੇ ਜਾਂ ਦੇਸੀ ਦਾਣਾ ਪਾਣੀ ਉੱਤਰ ਦੀ ਪਰਵਾਹ ਦੇ ਦੌਰਾਨ ਹਰ ਚੀਜ਼ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਉਹਦੀ ਜ਼ਰੂਰਤ ਦੇ ਮੁਤਾਬਕ ਤੁਸੀਂ ਜ਼ਰੂਰਤ ਦੇ ਮੁਤਾਬਕ ਦੇਸੀ ਵੀ ਇਸਤੇਮਾਲ ਕਰੋ ਮੈਡੀਸਨ ਦੀ ਜ਼ਰੂਰਤ ਵੀ ਇਸਤੇਮਾਲ ਕਰੋ ਲੇਕਿਨ ਇੱਕ ਲਿਮਿਟ ਚ ਰਹਿ ਕੇ ਉਹ ਅਗਰ ਤੁਸੀਂ ਆਪਣੇ ਹੱਥ ਨੂੰ ਤੁਸੀਂ ਜ਼ਿਆਦਾ ਤੇਜ਼ ਕਰੋਗੇ ਤਾਂ ਖਰਾਬੀ ਪੈਦਾ ਨਹੀਂ ਫਾਇਦਾ ਨੁਕਸਾਨ ਤੁਹਾਡੇ ਕੀ ਰਾਏ ਤੁਹਾਡਾ ਵੀ ਗਰਮੀ ਦੇ ਵਿੱਚ ਖਾਸ ਤੌਰ ਤੇ ਦੇਸੀ ਦੀ ਜ਼ਰੂਰਤ ਕੋਈ ਚੀਜ਼ ਨਹੀਂ ਮੇਰੀ ਨਜ਼ਰ ਚ ਲੇਕਿਨ ਤੁਹਾਨੂੰ ਦੱਸਿਆ ਕਿ ਵਕਤੇ ਜ਼ਰੂਰਤ ਤੁਸੀਂ ਮੈਡੀਸਨ ਵੀ ਇਸਤੇਮਾਲ ਕਰ ਸਕਦੇ ਹੋ ਦੋਸਤ ਕਰਦੇ ਨੇ ਮੈਂ ਖੁਦ ਵੀ ਕਰ ਦਿੰਦਾ ਲੇਕਿਨ ਮੈਂ ਜ਼ਿਆਦਾ ਜਿਹੜੀ ਤਰਜੀਹ ਹੈ ਨਾ ਉਹ ਦੇਸੀ ਦਾ ਤੁਹਾਡੀ ਰਾਏ ਸਮਝੋ ਕਿ ਜਿਹੜਾ ਲਾਕ ਲਾਣਾ ਸੀ ਕਿ ਦੋਸਤ ਜਿਹੜੇ ਨੇ ਨਾ ਦੇਸੀ ਦਾਣਾ ਪਾਣੀ ਇਸਤੇਮਾਲ ਕਰਨਾ ਚਾਹੀਦਾ ਮੈਂ ਵੀ ਚਲੋ ਤੁਹਾਡੀ ਰਾਏ ਨਾਲ ਇਤਫਾਕ ਕਰਦਾ ਤਕਰੀਬਨ ਮੈਂ ਜਿਹੜੇ ਅੱਛੇ ਦੋਸਤ ਉਡਾਉਂਦੇ ਵੇਖਦੇ ਨਾ ਕਬੂਤਰ ਠੀਕ ਹੈ ਅਸੀਂ ਵੀ ਦਿੰਦੇ ਹਾਂ ਸਾਰੇ ਹੀ ਦਿੰਦੇ ਨੇ ਜਦੋਂ ਵੇਖਿਆ ਹੁਣ ਤੁਹਾਨੂੰ ਵੀ ਪਤਾ ਕਾਬਲ ਬੰਦੇ ਕੋਈ ਵੀ ਉਸਾਦ ਹੈ ਕਿ ਯਾਰ ਟੈਂਪਰੇਚਰ ਟੁੱਟ ਗਿਆ 40-45 ਦੇ ਉਹ ਡੈਲਟਾ ਕਾਰ ਦੇ ਨਾਲ ਫਿਰ ਸਾਦੇ ਮੋਟਰ ਨੂੰ ਕੰਮ ਕਰਦੇ ਨਹੀਂ ਦੇਖੋ ਪਤਾ ਕੀ ਚੀਜ਼ ਹੈਗੀ ਜੇ ਮੈਂ ਜਿਹੜੀ ਤਰਜੀਹ ਹੈ ਨਾ ਮੈਂ ਆਪਣੀ ਆਪਣੀ ਗੱਲ ਕਰਦਾ ਮੈਂ ਤਰਜੀਹ ਦੇਣਾ ਦੇਸੀ ਚੀਜ਼ਾਂ ਮੈਂ ਬਣਾਈਆਂ ਨੇ ਖੁਦ ਆਪਣੀਆਂ ਹਾਂਜੀ ਯਾਨੀ ਕਿ ਮਜੂਨ ਵਗੈਰਾ ਵੀ ਜਵਾਰ ਮੋਰਾ ਵਗੈਰਾ ਵੀ ਹੋਰ ਵੀ ਕਾਫੀ ਚੀਜ਼ਾਂ ਨੇ ਦੇਸੀ ਬਿਹਤਰੀਨ ਚੀਜ਼ ਹੈ ਪਰਵਾਸ ਤੇ ਪਰਵਾਸ ਵੀ ਦਿੰਦੀ ਔਰ ਲੰਬੇ ਚੱਲਦੇ ਨੇ ਜ਼ਰੂਰਤ ਪੈ ਜਾਂਦੀ ਕਿਸੇ ਪੇਸ਼ੈਂਟ ਨੂੰ ਮੈਡੀਸਨ ਲਾਉਣ ਦੀ ਉਹ ਵੀ ਕੰਮ ਕਰ ਜਾਂਦਾ ਜੇ ਨਹੀਂ ਹੈਗਾ ਕਿ ਨਹੀਂ ਕਰਦੀ ਉਹਦੇ ਵਿੱਚ ਆਪਸ਼ਨ ਹੈ ਸਾਹ ਜੀ ਆਪਸ਼ਨ ਹੈਗੀ ਮੈਂ ਇਹ ਕਹਿਣਾ ਚਾਹੁੰਦਾ ਦੋਸਤ ਮੇਰੇ ਦੇਖ ਲੈਣਾ ਇੱਕ ਚੀਜ਼ ਮੈਂ ਜ਼ਰੂਰ ਕਹਿੰਦਾ ਜਾਵਾਂਗਾ ਕੱਲ ਅਗਰ ਨਾ ਕਰੀਏ ਤਾਂ ਮਜ਼ਾ ਨਹੀਂ ਆਉਂਦਾ ਬਿਲਕੁਲ ਮੈਡੀਸਨ ਜਿੱਥੇ ਲੈ ਕੇ ਕਬੂਤਰ ਨੂੰ ਜਾਂਦੀ ਹੈ ਦੇਸੀ ਉੱਥੇ ਲੈ ਕੇ ਨਹੀਂ ਜਾਂਦਾ ਇਹ ਗੱਲ ਵੀ ਹਕੀਕਤ ਮੰਨਣ ਵਾਲੀ ਜੇ ਮੈਡੀਸਨ ਬਣੀ ਹੈ ਹਲਕੇ ਕਬੂਤਰ ਵਾਸਤੇ ਅੱਛੇ ਕਬੂਤਰ ਵਾਸਤੇ ਤੁਹਾਡੀ ਸਾਹ ਵੀ ਬੜੀ ਹੈ ਜਿਹੜਾ ਹਲਕਾ ਕਬੂਤਰ ਹੈ ਨਾ ਮੈਡੀਸਨ ਨੂੰ ਤੁਹਾਡੀ ਸੋਚ ਤੋਂ ਜ਼ਿਆਦਾ ਉੱਥੇ ਲੈ ਜਾਂਦੀ ਮਤਲਬ ਹਿੱਟ ਪਰਵਾਸ ਕਰ ਲੈ ਜਾਂਦੀ ਤੁਸਾਂ ਤਿੰਨ ਤਿੰਨ ਬਰਾਬਰ ਨੇ ਹਾਂਜੀ ਤੁਹਾਡਾ ਲਾਹੌਰ ਦੇ ਦੋਸਤਾਂ ਦਾ ਮੁਕਾਬਲਾ ਹੈ ਜੀ ਜੀ ਹੁਣ ਤਿੰਨ ਤਿੰਨ ਤੁਹਾਡੇ ਬਰਾਬਰ ਨੇ ਤੁਸਾਂ ਸੱਤਵੀਂ ਚ ਹਿੱਟ ਲੈਣੀ ਹੈ ਉਹਨਾਂ ਨੂੰ ਹਿੱਟ ਲੈਣੀ ਹੈ ਬਿਲਕੁਲ ਹੁਣ ਤੁਸਾਂ ਤੇ ਕੱਲੇ ਨਾ ਆਪਣੇ ਯਾਰ ਮੈਡੀਸਨ ਲਿਆ ਮੈਡੀਸਨ ਕਿਉਂ ਨਹੀਂ ਉੱਡਦੀ ਉਹ ਸੂਰਤ ਜੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਸੱਤਾ ਹੀ ਨਾ ਹੋਣ ਬਿਲਕੁਲ ਹਕੀਕਤ ਕਹਿ ਰਹੇ ਜਿਹੜਾ ਬਾਬੇ ਸੱਤ ਰਾਤੀ 8 ਵਜੇ ਬਾਬੇ ਨੇ ਨਾ ਜਾਏ ਜਾਏ ਕਿਤਲੇ ਕਿਉਂ ਜਾਓ ਹੋਰ ਬੜੇ ਬਣ ਜਾਂਦੇ ਥੋੜੀ ਮੈਂਟਲੀ ਗੇਮ ਹੈ ਉਹਦੇ ਵਿੱਚ ਵੀ ਬੰਦੇ ਨੂੰ ਇਹ ਚਾਹੀਦਾ ਕਿ ਜਿਹੜੇ ਕਬੂਤਰ ਤੁਹਾਡੇ ਅੱਛੇ ਨੇ ਉਹਨੂੰ ਤੁਸੀਂ ਅਗਰ ਤੁਹਾਡਾ ਦੇਸੀ ਹੱਥ ਸਹੀ ਹੈ ਦੇਸੀ ਦਾਣਾ ਪਾਣੀ ਜੋ ਤੁਸੀਂ ਪ੍ਰੈਕਟੀਕਲ ਕਰਦੇ ਹੋ ਉਹੀ ਕਰੋ ਆ ਵਿੱਚ ਇੱਕ ਦੋ ਤਿੰਨ ਪੀਸ ਤੁਸੀਂ ਚਾਹੁੰਦੇ ਹੋ ਕਿ ਨੂੰ ਮੈਂ ਫੁੱਲ ਚੁੱਕਦੇ ਹਾਂ ਉਹ ਤੁਸੀਂ ਆਪਣੇ ਹਿਸਾਬ ਨਾਲ ਮੈਡੀਸਨ ਦੇ ਲਓ ਜੋ ਮਰਜ਼ੀ ਇਹ ਸਾਜ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਜਿਹੜਾ ਕਬੂਤਰ ਹਿੱਟ ਪਰਵਾਹ ਦੇ ਚ ਅਸੀਂ ਮੈਡੀਸਨ ਦਾ ਇਸਤੇਮਾਲ ਕਰ ਸਕਦੇ ਹਾਂ ਦੋਸਤ ਮਸਲ ਕਿ ਤੁਹਾਨੂੰ ਪਤਾ ਹੈ ਜੱਫੇ ਬੜੇ ਪੈਂਦੇ ਨੇ ਉਸਤਾਦਾਂ ਦੇ ਕੰਨ ਕੋਈ ਇਧਰੋਂ ਫੜ ਲੇ ਕੋਈ ਇਧਰੋਂ ਫੜ ਲੇ 100% ਅਗਰ ਕਬੂਤਰ ਪਾ ਦੇ 90% ਇਸਤੇਮਾਲ ਕਰਦੇ ਨੇ 1% ਜਿਹਨੂੰ ਨਹੀਂ ਪਤਾ ਉਹ ਨਹੀਂ ਦਿੰਦਾ ਹੋਏਗਾ ਠੀਕ ਉਹ ਹੈ ਕਿ ਇਹਨਾਂ ਕੰਜੂਸੀ ਹੋ ਜਾਂਦੀ ਨਾ ਕਿ ਅਸੀਂ ਕਹੀਏ ਜੀ ਮੈਂ ਇਸ ਤਰ੍ਹਾਂ ਕਰਨਾ ਝੂਠ ਮਾਰੀ ਜਾਈਏ ਜਿੰਨੇ ਮਰਜ਼ੀ ਬਹਿ ਕੇ ਦਿੰਦੀ ਸਾਰੀ ਦੁਨੀਆ ਹੀ ਬਿਲਕੁਲ 1% ਲਾ ਲਓ ਉਹ ਜਿਹੜੇ ਨਹੀਂ ਇਸਤੇਮਾਲ ਕਰਦੇ ਹੁੰਦੇ ਜਿਹਨਾਂ ਕੋਲ ਹੱਥ ਏਦਾਂ ਏਡਾ ਅੱਛਾ ਸੈੱਟ ਹੈ ਉਹ ਦੇਸੀ ਦੇ ਕੰਮ ਚ ਲਾ ਰਹੇ ਨੇ ਦੇਸੀ ਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਖੁਦ ਇਸਤੇਮਾਲ ਕਰਨਾ ਲੇਕਿਨ ਜ਼ਰੂਰਤ ਦੇ ਟਾਈਮ ਹੱਥ ਨਹੀਂ ਅਸਾਂ ਵੇਖੋ ਤੁਹਾਡੇ ਜ਼ਾਤ ਵਾਸ ਹੁਣ ਇੰਟਰਵਿਊ ਚੱਲ ਰਿਹਾ ਉਹ ਸਾਰ ਇਮਰਾਨ ਬੱਕਰ ਮੰਡੀ ਅਸਾਂ ਤੁਹਾਡੀ ਗੱਲ ਪੁੱਛਣਾ ਦੂਸਰਾਂ ਨੂੰ ਛੱਡ ਮੈਂ ਆਪਣੀ ਗੱਲ ਹੀ ਕਰ ਰਿਹਾ ਕਿ ਮੈਂ ਦੇਸੀ ਇਸਤੇਮਾਲ ਕਰਨਾ ਜ਼ਰੂਰਤ ਪਵੇ ਤੇ ਮੈਡੀਸਨ ਵੀ ਦਿੰਦੇ ਆ ਸਭ ਕੁਝ ਇੱਕ ਪਹਿਲਵਾਨ ਸੀ ਨਾ ਚਲੋ ਥੋੜਾ ਜਿਹਾ ਸ਼ੁਗਰ ਮੁਗਲ ਦੀ ਵੀ ਗੱਲ ਵਿੱਚ ਹੋਣੀ ਚਾਹੀਦੀ ਇਮਰਾਨ ਭਾਈ ਕਿਉਂਕਿ ਬੰਦੇ ਬੋਰ ਵੀ ਹੁੰਦੇ ਨੇ ਫਿਰ ਕਾਫੀ ਤਦਾਦ ਵਿੱਚ ਨੇ ਦੋਸਤ ਹਾਲੇ ਤੱਕ ਗਏ ਨਹੀਂ ਚਲੋ ਮਾਸ਼ਾਅੱਲਾ ਕਿਉਂ ਜੀ ਇੱਕ ਪਹਿਲਵਾਨ ਸੀ ਉਹ ਰੁਸਮ ਹੋ ਗਿਆ ਉਹਨੇ ਕਿਹਾ ਜਨਾਬ ਯੰਗਸਟਰ ਨੌਜਵਾਨਾਂ ਦਾ ਖਾਬ ਹੁੰਦਾ ਕਿ ਯਾਰ ਮੈਂ ਇਮਰਾਨ ਦੀ ਗੱਲ ਸੁਣਾ ਅਸ਼ਫਾਕ ਸੁਣੀਏ ਉਹ ਲਾਹੌਰ ਦਾ ਚੈਂਪੀਅਨ ਹੋਇਆ ਉਹਦੀ ਗੱਲ ਸੁਣਿਆ ਕੀ ਕਹਿੰਦਾ ਉਹ ਪਹਿਲਵਾਨ ਸੀ ਸਿਆਣਾ ਉਹਨੇ ਕਿਹਾ ਭਵਾਨ ਜੀ ਕੀ ਕਰਦੇ ਉਸ ਬਾਅਦ ਨੌਜਵਾਨਾਂ ਪੁੱਛਿਆ ਇਹਦਾ ਕੋਈ ਅਸੀਂ ਵੀ ਗੁਣ ਲਈ ਉਹਨੇ ਕਿਹਾ ਮੈਂ ਸਦਕੀ ਉੱਠ ਕੇ ਨਾ 200 ਬਦਾਮ ਦੀ ਨਾ ਸਰਦਾਈ ਦਾ ਗਲਾਸ ਬਣਾ ਕੇ ਪੀਣਾ ਵਾ ਨੌਜਵਾਨ ਸਾਰੇ ਪੀਤੀ ਤੇ ਉਹਦਾ ਫਾਇਦਾ ਹੋ ਗਿਆ ਉਹ ਮਰਨ ਵਾਲੇ ਹੋ ਗਏ ਅੰਗੂਠਾ ਹੋ ਗਿਆ ਉਹ ਨਾ ਕਿਹਾ ਜੀ 15-20 ਪੀਤੀ ਤੇ ਉਹ ਮਰਨ ਵਾਲੇ ਹੋ ਗਏ ਤੇ ਉਹ ਭੱਜ ਕੇ ਟੁਰ ਗਏ ਪਹਿਲਵਾਨ ਕੋ ਤੂੰ ਸਾਡੇ ਬੰਦੇ ਮਾਰ ਛੜੇ ਨੇ ਮੁੰਡੇ ਇਹਨਾਂ ਨੂੰ ਕੀ ਕੀਤਾ ਜੀ ਕਹਿੰਦਾ ਮੈਂ ਕੁਝ ਕੀ ਕੀਤਾ ਮੈਂ ਉਹਨੂੰ ਪਿਆ ਕੇ ਆਇਆ ਕਹਿੰਦਾ ਤੂੰ ਦੱਸਿਆ ਤੂੰ ਨਾ ਜਾ ਕੇ ਪੀ ਲਈਏ ਕਹਿੰਦਾ ਪੀ ਲਈਏ ਤੇ ਮਰਨ ਪਰਾਂ ਮੈਂ ਕੀ ਕਰਾਂ ਇਹਨਾਂ ਨਾਲ ਦਿਮਾਗ ਕੰਮ ਕਰਦਾ ਕਰੇ ਆਦਤ ਕਰਦੇ ਨੇ ਕੋਈ ਖਾੜੇ ਦੀ ਮਿੱਟੀ ਨੀ ਮਰਨੀ ਤੇ ਮੈਂ ਤੈਨੂੰ ਦੱਸਿਆ ਸੀ ਗਲਤ ਤੇ ਅੱਗੋ ਤੋਂ ਅਕਲ ਇਹਨਾਂ ਦੀ ਕੰਮ ਕਰਦੇ ਨੇ ਕਿ ਯਾਰ ਸਰਗੀ ਵੇਲੇ ਪੀਣੀ ਹੈ ਕਿ ਖਾੜੇ ਦੇ ਵਿੱਚ ਉਹ ਜਦੋਂ ਮੁਸ਼ਕਤ ਕਰਨੀ ਉਹ ਵਾਧੋ ਪਾਣੀ ਇਹਨਾਂ ਜਿੱਦਾਂ ਨੂੰ ਇਹ ਨੀ ਪਤਾ ਉਹਨਾਂ ਭਲਵਾਨ ਬਣਨਾ ਅੱਛਾ ਇੱਕ ਚੀਜ਼ ਨਾਲ ਤੁਸੀਂ ਬੜੀ ਅੱਛੀ ਗੱਲ ਕੀਤੀ ਕੁਛ ਦੋਸਤ ਨਾਲ ਮਿਸਗਾਈਡ ਵੀ ਕਰਦੇ ਨੇ ਜਿਵੇਂ ਕੋਲ ਨਵੇਂ ਸ਼ਕੀਨ ਬੈਠੇ ਹੁੰਦੇ ਨੇ ਗੱਲਾਂ ਛੁਪਾਉਣ ਲਈ ਨਾ ਉਹਨਾਂ ਦਾ ਜ਼ਿਹਨ ਉਲਝਾਉਂਦੇ ਨੇ ਯਾਨੀ ਕਿ ਮਿਸਾਲ ਮੈਂ ਦੇ ਰਿਹਾ ਮੋਟੀ ਜੀ ਕਿ ਜਦੋਂ ਕਬੂਤਰ ਨਹੀਂ ਨਾ ਸੇਕ ਦੇ ਜਾਣ ਕੇ ਕਹਿੰਦੇ ਜਾ ਕੋਲੇ ਦੇ ਆ ਕਬੂਤਰ ਸੇਕੀਏ ਲੋਕਾਂ ਨੂੰ ਮਿਸਗਾਈਡ ਕਰਨ ਦੀ ਇੰਝ ਨਹੀਂ ਕਰਨਾ ਚਾਹੀਦਾ ਇਹ ਅਗਰ ਤੁਸੀਂ ਕਰ ਸਕਦੇ ਹੋ ਕਿਸੇ ਦਾ ਭਲਾ ਕਰੋ ਨਹੀਂ ਕਰ ਸਕਦੇ ਖਮੋਸ਼ ਰਹੋ ਅਗੇ ਮਿਸਗਾਈਡ ਨਾ ਸੁਣਾ ਸਕਦੇ ਨਾ ਤੋ ਉਹਨੂੰ ਆਂਦੀ ਹੋਈ ਗੱਲ ਯਾਰ ਜੀ ਤੁਸੀਂ ਉਸਕਾ ਦੱਸ ਹੀ ਰਿਹਾ ਤਾਂ ਸਹੀ ਤਰੀਕੇ ਨਾਲ ਦੱਸ ਮਿਸਗਾਈਡ ਨਾ ਕਰਕੇ ਉਹ ਪੀ ਕੇ ਬਿਮਾਰ ਹੋ ਜਾਂ ਉਹਨੂੰ ਸਿੱਧੇ ਤਰੀਕੇ ਨਾਲ ਦੱਸ ਯਾਰ ਇਸ ਤਰ੍ਹਾਂ ਕਰ ਲਓ ਨਾ ਕਰੋ ਠੀਕ ਕਿ ਅਗਰ ਤੁਸੀਂ ਕਿਸੇ ਦੇ ਨਾਲ ਨੇਕੀ ਕਰ ਸਕਦੇ ਹੋ ਕਰੋ ਨਹੀਂ ਕਰ ਸਕਦੇ
ਜਿਹੜੀਆਂ ਮੇਰੇ ਪ੍ਰੈਕਟੀਕਲ ਚ ਆਈਆਂ ਨੇ ਚੀਜ਼ਾਂ ਉਹ ਮੈਂ ਦੋਸਤਾਂ ਨਾਲ ਸ਼ੇਅਰ ਕਰ ਰਿਹਾ। ਜਿਹੜਾ ਕੋਈ ਦੋਸਤ ਇਹਦੇ ਕੋਲ ਫਾਇਦਾ ਲੈਣਾ ਚਾਹੇਗਾ ਦੇ ਲੇਗਾ, ਜਿਹੜਾ ਨਹੀਂ ਇਗਨੋਰ ਵੀ ਕਰਦੇ ਨੇ, ਕੋਈ ਨਜ਼ਰਅੰਦਾਜ਼ ਕਰਦੇ ਨੇ। ਰਾਜ ਜੀ ਨੇ ਮੈਨੂੰ ਸਮਝਾਇਆ ਪ੍ਰੈਕਟੀਕਲ ਦੇ ਵਿੱਚ ਇੱਕ ਚੀਜ਼ ਦਾ ਵਾਕਈ ਫਰਕ ਆ ਜਾਂਦਾ। ਇਹਨਾਂ ਨੇ ਮੈਨੂੰ ਬੜੀ ਅੱਛੀ ਗੱਲ ਸਮਝਾਈ, ਉਹ ਮੇਰੇ ਖੁਦ ਪ੍ਰੈਕਟੀਕਲ ਵਿੱਚ ਆਈ। ਜਿਸ ਕਬੂਤਰ ਨੂੰ ਮੈਡੀਸਨ ਅਸੀਂ ਦੇਣੇ ਨਾ ਹਿੱਟ ਲੈ, ਉਹਨੇ ਮਾਰੀ ਮੈਡਮ ਤੇ ਹਿੱਟ ਮਾਰੀ, ਪ੍ਰਵਾਸ ਦਿੱਤੀ, ਮੂੰਹ ਦਾ ਜਿਸਮ ਅੱਧਾ ਰਹਿ ਜਾਂਦਾ, ਜਿਸਮ ਉਹਦਾ ਲੱਥ ਜਾਂਦਾ। ਦੇਸੀ ਦਾਣਾ ਪਾਣੀ ਖਾ ਰਹੇ ਆ ਮੇਰਾ ਮਤਲਬ, ਦੇਸੀ ਜੜੀ ਬੂਟੀਆਂ ਦਾ ਜਵਾਰ ਮੋਰਾ ਜਾਂ ਮਜੂਨਾ ਤਿਆਰ ਕਰਦੇ ਨੇ, ਉਹਦਾ ਜਿਸਮ ਨੀ ਘਟਦਾ, ਉਹ ਪ੍ਰਵਾਸ ਤੇ ਪ੍ਰਵਾਸ ਸੁਪਰ ਸਟਾਫ ਪਰਿਵਾਰ ਦੇ ਲਈ ਅਗਰ ਪੰਜ ਦੇ ਨਾ ਹੋਣੇ ਫੇਰ ਡਾਲਾਂਗੇ ਬਿਲਕੁਲ, ਜਾਂ ਮੈਂ ਨੀ ਜਾਂ ਤੂੰ ਨਹੀਂ। ਦੇਖੋ ਹਰ ਬੰਦਾ ਆਪਣੀ ਤਾਕਤ ਦੇ ਮੁਤਾਬਿਕ ਜ਼ੋਰ ਲਾਉਂਦਾ, ਬਿਲਕੁਲ ਪਰਸ ਹੋ ਜਾਂਦੀ ਏ ਗਰਮੀ ਦੇ ਵਿਚ ਡਿਗਰੀ ਉੱਤੇ ਟੱਬ ਗਏ, ਦੋਸਤ ਲੇਟ ਜਾਂਦੇ ਨੇ, ਚਲੋ 40 ਦਾ ਤੁਹਾਨੂੰ ਮੈਂ ਨਾਲ ਆ ਨਾ, 40 ਦੇ ਕੰਬਲ ਨਿਕਲ ਆਉਂਦੇ ਨੇ, ਬੰਦੇ ਸੌ ਜਾਂਦੇ ਨੇ, ਜੋ 9 ਵਜੇ ਉਤਾਂ ਨੀ ਨਾ ਉੱਠਦੇ। ਇਹ ਬੜੀ ਮੈਂ ਮੁਸ਼ਾਹਦੇ ਦੀ ਗੱਲ ਕਰਨਾ ਪਿਆ, ਇੱਥੇ ਫਿਰ ਮੌਸਮਾਂ ਦੀਆਂ ਗੱਲਾਂ ਹੋਣ ਲੱਗ ਪੈਂਦਾ ਨੇ। ਇਹ ਨੀ ਪਤਾ ਹੁੰਦਾ ਕਿ ਮੇਰੇ ਦਿਮਾਗ ਦਾ ਮੌਸਮ ਨੀ ਠੀਕ, ਮੇਰੇ ਹੱਥਾਂ ਜਾਂ ਉਂਗਲਾਂ ਡਿੱਗੀਆਂ ਹੋ ਗਈਆਂ, ਰਾਤੀ ਨੀਂਦਰ ਨੀ ਪਈ, ਮੈਨੂੰ ਐਂਗਜ਼ਾਇਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਹਾਰ ਗਿਆ ਅੱਜ 5 ਘਰਾਂ ਕੋ। ਇਹ ਡਿਪਰੈਸ਼ਨ ਹੈ, ਕਬੂਤਰਾਂ ਨੂੰ ਤੁਸੀਂ ਕਹਿੰਦੇ ਨਾ ਮੋਤੀ ਵੱਲ ਦੇਖ ਕੇ ਰਿਲੈਕਸੇਸ਼ਨ ਕਰ ਲਈ, ਆਪਣੀ ਰਿਲੈਕਸੇਸ਼ਨ ਅਸੀਂ ਨਹੀਂ ਕਰਦੇ। ਕਬੂਤਰ ਪਲਟਾਉਣਾ ਚਾਹੀਦਾ ਜਾਂ ਨਹੀਂ ਪਲਟਾਉਣਾ ਚਾਹੀਦਾ? ਪਲਟਾਉਣਾ ਚਾਹੀਦਾ। ਇਸ ਵਕਤ ਕਿਉਂ? ਉਹਦੇ ਵਿੱਚ ਨਾ 2-3 ਚੀਜ਼ਾਂ ਆ ਜਾਂਦੀਆਂ, ਮੈਂ ਆਪਣੀ ਜ਼ਾਤ ਦੀ ਗੱਲ ਕਰਨਾ, ਨਹੀਂ ਤੁਸੀਂ ਕਰਨੀ ਆਪਣੀ। ਮੈਂ 40+ ਹੋਵੇ ਫਿਰ ਕਬੂਤਰ ਨੂੰ ਪਲਟਾਉਣ ਦੀ ਜ਼ਰੂਰਤ ਸਮਝੋ, ਉਸ ਤੋਂ ਪਹਿਲੇ ਨਹੀਂ ਹੁੰਦੀ। ਮੈਂ 40 ਦੀ ਗੱਲ ਕਰਦਾ, 40+ ਕਬੂਤਰ ਪਲਟਾ ਦੋ, ਅਗਰ ਉਹਦੇ ਵਿੱਚ ਨਮੀ ਹੈਗੀ ਨਾ 20% ਤੋਂ ਜ਼ਿਆਦਾ, ਫਿਰ ਤੁਸੀਂ ਨਾ ਵੀ ਪਲਟਾਓ, ਕੰਮ ਚੱਲ ਜਾਂਦਾ। ਲਾਜ਼ਮੀ ਸਾਫ ਕਰਕੇ ਛੱਡਣਾ ਚਾਹੀਦਾ, ਜਾਨ ਬਚ ਜਾਏ ਔਰ ਕਬੂਤਰ ਜ਼ਾਇਆ ਵੀ ਨਾ ਹੋਵੇ, ਇਹਦੀ ਜਾਨ ਵੀ ਬਚ ਜਾਏ, ਸਾਡੇ ਕੋਲ ਵੀ ਰਵੇ। ਦੋ ਚੀਜ਼ਾਂ ਨੇ, ਦੇਖੋ ਨੈਟ ਦਾ ਦੌਰ ਹੈ, ਤੁਸੀਂ ਟੈਂਪਰੇਚਰ ਦੇ ਦੋ ਨਾਲ, ਨਮੀ ਚੈੱਕ ਕਰ ਲੋ, ਉਹ ਅੱਜ ਨਮੀ ਦਾ ਤਨਾਸਬ ਕੀ ਹੈ, ਉਹਦੇ ਮੁਤਾਬਕ ਤੁਸੀਂ ਉਹਨੂੰ ਕਰ ਸਕਦੇ ਹੋ ਇਸਤੇਮਾਲ। ਅਗਰ ਕਬੂਤਰ ਨਮੀ ਚੱਲ ਰਹੀ 20 ਉੱਤੇ, ਫਿਰ ਕਬੂਤਰ ਨੂੰ ਕੁਛ ਨਹੀਂ ਹੁੰਦਾ, ਬਣੇ ਕਬੂਤਰ ਨੂੰ। ਤੰਬਲ ਕਬੂਤਰ ਦੀ ਫਿਰ 33-40 ਦੀ ਮੌਤ ਹੋ ਜਾਂਦੀ ਜੇ ਤੰਬਲ ਕਬੂਤਰ ਬਣਿਆ ਨੀ ਨਾ, 33-40 ਜੀ ਵਿਚਾਰਾ ਜਾਂ ਆਊਟ ਹੋ ਜਾਂਦਾ ਜਾਂ ਮਰ ਵੀ ਜਾਂਦੇ ਨੇ ਬਾਅਦ ਕਰ। ਬਣਿਆ ਕਬੂਤਰ 40-41-42 ਵੀ ਹੈ ਨਾ, ਉਹਨੂੰ ਕੁਛ ਨੀ ਹੁੰਦਾ, ਦਾਣਾ ਵੀ ਅੰਦਰ ਰਹਿ ਗਿਆ, ਲੇਕਿਨ ਨਾਲ ਨਮੀ ਦਾ ਤਨਾਸਬ ਹੋਵੇ। ਨਮੀ 15 ਤੋਂ ਥੱਲੇ ਆ ਗਈ ਹੈ, ਫਿਰ 40 ਟੈਂਪਰੇਚਰ ਦੀ ਵਿਵਸਥਾ ਨਹੀਂ ਖਾਣਾ ਚਾਹੀਦਾ ਪਲਟਾਉਣ ਦਾ, ਫਿਰ ਸਾਫ ਕਰਕੇ ਛੱਡਣੇ ਚਾਹੀਦੇ। ਸਾਦੇ ਮੋਹਤਰਮ ਕਬੂਤਰ ਕਿਉਂ ਮਾਰਦਾ ਗਰਮੀ ਦੇ ਵਿੱਚ? ਉਹ ਜਿਹੜਾ ਮੇਨ ਰੀਜ਼ਨ ਉਹ ਦਾਣਾ ਹੀ ਹੈ, ਫਿਰ ਦੂਸਰਾ ਬਣਿਆ ਕਬੂਤਰ ਨਹੀਂ ਜੇ ਮਰਦਾ, ਇਹ ਮੇਰਾ ਆਪਣਾ ਮੁਸ਼ਾਹਿਦਾ ਜੇ, ਜਿਹੜੇ ਕਬੂਤਰ ਦੀ ਰਿਆਜ਼ਤ ਨਹੀਂ ਨਾ ਪੂਰੀ ਹੋਈ ਮਰਦਾ ਜੇ, ਅਜ਼ਮਾ ਲੈਣਾ ਤੁਸੀਂ। ਫਿਰ ਕਬੂਤਰ ਦਾ ਦਾਣਾ ਰਹੀਏ, ਉਹ ਕਬੂਤਰ ਖਰਾਬ ਹੁੰਦਾ ਗਰਮੀ ਦੇ ਵਿੱਚ, ਮਰਨ ਦੇ ਵੀ ਉਹਦੇ ਚਾਂਸ ਹੁੰਦੇ ਨੇ। ਜਦੋਂ ਸਾਫ ਕਰਕੇ ਦਾਇਆ ਕਬੂਤਰ ਸੁਬਾਹ, ਉਹਦੇ ਨਾਲ ਦਾਣਾ ਤਾਂ ਹੈ ਹੀ ਨਹੀਂ। ਨਹੀਂ ਉਹ ਹੁੰਦਾ ਪਤਾ ਕੀ, ਬਾਅਦ ਕਦੇ ਅੰਦਰ ਵਾਲੇ ਪੋਟੇ ਚ ਬਾਜਰਾ ਰਹਿ ਜਾਂਦਾ। ਤੁਸੀਂ ਜਿਹੜਾ ਕਬੂਤਰ ਜ਼ੋਰ ਲਾ ਕੇ ਗਰਮੀ ਚ ਮਰ ਗਿਆ, ਉਹਦਾ ਪੇਟ ਚੈੱਕ ਕਰਕੇ ਦੇਖੋ, ਉਹਦੇ ਜਿਹੜਾ ਸੰਘ ਦਾਣਾ ਉਹਦੇ ਵਿੱਚ ਬਾਜਰਾ ਬਚਿਆ ਹੋਇਆ। ਦੋਸਤੋ ਸੀ ਕੀ ਹੈ, ਅਸੀਂ ਕੋਈ ਤਜਵੀਜ਼ ਦੇ ਸਕਦਾ ਕਬੂਤਰ ਮਰਨ ਤੋਂ ਬਚਾਉਣਾ? ਉਹਦੀ ਪਹਿਲੀ ਚੀਜ਼ ਇਹ ਹੈਗੀ ਨਾ, ਠੰਡੇ ਦੇ ਵਿੱਚ ਕਬੂਤਰ ਦੀ ਪੂਰੀ ਰਿਆਜ਼ਤ ਕਰਾਉਣੀ ਚਾਹੀਦੀ। ਬਸ ਤੁਸੀਂ ਕਹਿ ਸਕਦੇ ਭਟਕਾਂ ਜਿਹੜੇ ਨਾ ਕਬੂਤਰ, ਉਹਨਾਂ ਕੰਮ ਦੇ ਕੰਮ ਇੰਨਾ ਕਬੂਤਰ ਬਣਿਆ ਹੋਵੇ ਕਿ ਉਹ ਨਰਮ ਦਿਨ ਹੁੰਦੇ ਨੇ ਨਾ। ਹਾਂਜੀ, ਮੈਂ ਆਪਣਾ ਯਾਨੀ ਆਪਣਾ ਮੇਰੀ ਇੱਕ ਸੋਚ ਹੈ, ਜੋ ਨਰਮ ਦਿਨ ਨੇ ਹਾਲੇ 30 ਉੱਤੇ ਟੈਂਪਰੇਚਰ ਟੱਪਿਆ, 32-33-34 ਪੈਂਦੀ ਹੈ, ਉਹ ਤੋਂ ਉਦੋਂ ਪੂਰੀ ਰਿਆਜ਼ਤ ਕਰਾਓ। ਜਦੋਂ ਕਬੂਤਰ ਦੀ ਰਿਆਜ਼ਤ ਹੋਏਗੀ ਨਾ, ਗਰਮੀ ਆਈ ਹੈ ਕਿ ਨਾ ਉਹ ਕੱਟੇਗਾ ਤੇ ਨਾ ਉਹ ਮਰੇਗਾ। ਤੰਬਲ ਕਬੂਤਰ ਮਰਦਾ, ਫਿਰ ਦੂਸਰਾ ਉਹਦੇ ਅੰਦਰ ਦਾਣਾ ਰਹੀਏ ਤੰਬਲ, ਫਿਰ ਉਹ ਬਚਣੇ ਨਹੀਂ ਨਾ ਵਿਚਾਰਾ, ਫਿਰ ਉਹਦੀ ਮੌਤ ਪੱਕੀ ਹੈ। ਗਰਮੀ ਚ ਨਾ ਕੇ ਦੇਣੇ ਚਾਹੀਦੇ ਨਾ ਕਬੂਤਰ ਨੂੰ? ਨਹੀਂ ਦੇਣੇ ਚਾਹੀਦੇ। ਤੁਸੀਂ ਅਕਸਰ ਦੇਖਣਾ ਦੋ ਦੋਸਤ ਨਾਗਾ ਦੇ ਰਹਿੰਦੇ ਨੇ ਜਾਂ ਇੱਕ ਨਾਗਾ ਦੇ ਰਹਿੰਦਾ। ਨਹੀਂ ਤੁਸੀਂ ਕਿਉਂਕਿ ਜਦੋਂ 2-6 ਜੀ ਅਸੀਂ ਗੱਲ ਕਰਦੇ ਹੋ, ਕਿਉਂਕਿ ਅਸੀਂ ਵੀ ਚਲੋ ਨਹੀਂ ਹੋ ਸਕਦਾ ਦੱਸਦੇ ਹੋਵੇ, ਇਹ ਗੱਲ ਹੋ ਗਈ, ਅਸੀਂ ਦੱਸਦੇ ਨੀ, ਆਪਣਾ ਭੇਦ ਨੀ ਦਿੰਦੇ ਕਿਸੇ ਨੂੰ। 1-2 ਸਾਲ ਜੀ 2 ਨਾਗੇ ਹੋ ਜਾਂਦਾ ਗਰਮੀ ਦੇ ਵਿਚ, 40-45 ਤੋਂ ਡਿਗਰੀ ਜਾਂਦੀ ਹੈ ਬਈ, ਉਹ ਕਬੂਤਰ ਕੀ ਕਰ ਸਕਦਾ ਵੇ? ਦੇਖੋ ਜੀ, ਨਾਗਿਆਂ ਲਈ ਕਬੂਤਰ ਦੀ ਮੌਤ ਹੁੰਦੀ, ਬਿਲਕੁਲ 3 ਨਾਗੇ ਉਹ ਹੀ ਮਰਦੇ ਨੇ, ਮਰਦੇ ਵੀ ਉਹਨੇ, ਉੱਤੋਂ ਵੀ ਉਹ ਨਹੀਂ ਆਉਂਦੇ, ਬਿਲਕੁਲ 2 ਨਾਗੇ ਵੀ ਗਲਤ ਨੇ। ਐਕਸੈਸਿਵ ਆਫ ਡਾਈਟ, ਹਾਂਜੀ, ਖੁਰਾਕ ਜ਼ਿਆਦਾ ਦੇ ਦਿੱਤੀ, ਹੁਣ ਫਰਜ਼ ਕਰੋ ਇਹਦੇ ਚ ਨਾਪ ਤੋਲ ਤਕੜੀ ਆ ਜਾਂਦੀ ਗਰਮੀ ਡਿਗਰੀ ਦੇ ਵਿਚ, ਇੱਕ ਦੇਰੀ ਹਜ਼ਮ ਕਰਦਾ ਤੇ ਅਗਲੀ ਦੇ ਲਈਏ, ਦੂਜੀ ਦਈਏ ਹੀ ਨਾ, ਬਿਲਕੁਲ ਅਸੀਂ 5 ਇਕੱਠੇ ਦੇ ਦਿੱਤੀਆਂ, ਉਹ ਇੱਕ ਹਜ਼ਮ ਕਰਨ ਜੋਗਾ ਨਹੀਂ, ਹਜ਼ਮ ਹੋਣੀਆਂ ਵੀ ਨਹੀਂ, ਬਿਲਕੁਲ ਉਮੀਦਾਂ ਖਰਾਬ ਹੋ ਜਾਏਗਾ। ਬਲਕਿ ਉਹ ਦੇਖੋ ਗਰਮੀ ਦੇ ਵਿਚ ਨਾ ਇੱਕ ਅਸੂਲ ਹੈ ਗਰਮੀ ਦਾ,
ਜਿੱਥੇ ਤੁਸੀਂ ਗਲਤੀ ਕੀਤੀ ਤੁਸੀਂ ਲੰਬੇ ਚਲੇ ਗਏ ਛੁੱਟੀ ਬਿਲਕੁਲ ਗੱਲ ਗਰਮੀ ਚ ਗਲਤੀ ਦੀ ਗੁੰਜਾਇਸ਼ ਨਹੀਂ ਤਾਂ ਕਹਿੰਦੇ ਗਰਮੀ ਦੀ ਵਿੱਚ ਨਾ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ ਪਰਫੈਕਟ ਕਬੂਤਰਬਾਜ਼ੀ ਕਰੋ ਉਹਦੇ ਕਾਮਯਾਬੀ ਹੈ ਅਗਰ ਤੁਸੀਂ ਜਿੱਥੇ ਜ਼ਿਆਦਤੀ ਕਰਤੀ ਖੁਰਾਕ ਦੀ ਜ਼ਿਆਦਾ ਦੇਤੀ ਉਹਨੇ ਤਦ ਵੀ ਆਪਣਾ ਮਿੱਦਾ ਖਰਾਬ ਕਰ ਲੈਣਾ ਕੋਟਾ ਰੋਕ ਕੇ ਬਹਿ ਜਾਣਾ ਇਸ ਲਈ ਮੈਂ ਅੱਗੇ ਵੀ ਦੋਸਤ ਨੂੰ ਕਹਿੰਦਾ ਕਿ ਜ਼ਿਆਦਤੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਚੀਜ਼ ਦੀ ਗਰਮੀ ਚ ਵੈਸੇ ਵੀ ਅਗਰ ਤੁਸੀਂ ਕਬੂਤਰ ਨੂੰ ਤਰੀਕੇ ਦੇ ਨਾਲ ਚਲਾਓਗੇ ਉਹਦਾ ਹਾਜ਼ਮਾ ਫਿੱਟ ਫਾਟ ਰਹੇਗਾ ਕਿਤੇ ਜ਼ਿਆਦਤੀ ਕਰੋਗੇ ਹੁੰਦਾ ਕੀ ਹੈ ਗਰਮੀ ਚ ਕਬੂਤਰ ਜ਼ੋਰ ਲਾ ਕੇ ਬੈਠਾ ਹੁੰਦਾ ਕਿ ਯਾਰ ਕੱਲ ਡਾਣਾ ਹੀ ਆ ਪਰਸੋਂ ਡਾਣਾ ਲੋਕੀ ਕੀ ਕਰਦੇ ਨੇ ਉਹਨੇ ਪਾਣੀ ਹਾਲੇ ਹਜ਼ਮ ਨਹੀਂ ਕੀਤਾ ਉਹਨਾਂ ਨੂੰ ਯਾਰ ਫਟਾਫਟ ਖੁਰਾਕ ਪਵਾ ਦਈਏ ਭੋਲੇ ਪਵਾ ਦਈਏ ਜੋ ਵੀ ਉਹ ਡਾਇਟ ਦਿੰਦੇ ਨੇ ਇਹ ਫਟਾਫਟ ਤੱਕ ਜਾਈ ਉਹ ਤੱਕ ਚ ਨਹੀਂ ਆਉਂਦਾ ਉਹਦੀ ਮੌਤ ਹੋ ਜਾਂਦੀ ਮਰਦੇ ਹੀ ਕਬੂਤਰ ਉਦੋਂ ਜਦੋਂ ਤੁਸੀਂ ਉਹਨੂੰ ਨਾਜ ਵਾਲੇ ਪਾਸੇ ਲੈ ਕੇ ਜਾਂਦੇ ਹੋ ਫਿਰ ਪਾਣੀ ਦੇ ਰੱਖੋ 99% ਕਬੂਤਰ ਨਹੀਂ ਮਰਦਾ